ਨਾਲੇ ਹਜ਼ਰਤ ਈਸਾ ਦੇ ਸੋਨੇ ਦੇ ਕੁੱਕੜ ਕੁੱਕੜ ਜਿਹੜੇ ਬੁੱਤ ਚਾਹੀ ਖੜੇ ਹੋ, ਇਨਸਾਨ ਬਣੋ, ਜਾਓ ਸੂਤੇ ਲਿਬਾਸ ਪਾਓ, ਇਹ ਬੁੱਤ ਬਹਿਰ ਰੱਖੋ, ਅੱਲਾ ਦੇ ਉਲੋ ਲਾਜ ਪੈਗੰਬਰ ਦੇ ਬੁੱਤ ਚਾ ਬਣਾਏ ਵੇ ਸੋਨੇ ਦੇ, ਵੱਲਾ ਕੇ ਅਖਲਾ ਕੇ ਨਬਵੀ ਦਾ ਮੁਜ਼ਾਹਰਾ ਕਰੋ, ਅਲੀ ਦੀ ਤਜਵੀਜ਼ ਪਸੰਦ ਆਈ, ਸੋਤੇ ਲਿਬਾਸ ਪਾਇਆ ਮਸਜਿਦ ਚ ਆਏ, ਹਜ਼ਰਤ ਅਖਲਾਕਨ ਉੱਠ ਕੇ ਗੱਲੇ ਨਾਲ ਲਾਇਆ, ਫਦਕ ਦਾ ਖਜੂਰਾ ਖਵਾਇਆ, ਬਤੂਰ ਦੇ ਫਦਕ ਦੇ ਚਸ਼ਮੇ ਦੇ ਪਾਣੀ ਪਿਲਾਏ, ਹਜ਼ਰਤ ਈਸਾ ਅਲੈਹ ਸਲਾਮ ਤੇ ਸਵਾਲ ਕੀਤਾ, ਉਹਨੇ ਈਸਾ ਅਲੈਹ ਸਲਾਮ ਦੇ ਮੁਤਾਲਕ ਤੁਹਾਡਾ ਕਿਆ ਖਿਆਲ ਹੈ? ਹਜ਼ਰਤ ਫਰਮਾਏ, ਇਨਾ ਮਾਸਲਾ ਈਸਾ ਇਨਲਲਾ ਹੈ ਕਮਾਸਲ ਆਦਮ ਕਲਕਹੁ ਮਿਨ ਤੁਰਾਬਨ ਸੁਮਾ ਕਾਲ ਲਹੂ ਕੁਨ ਫਯਕੂਨ, ਉਤਰੇ ਜਿਹੜੇ ਅੱਲਾ ਦਾ ਪੁੱਤਰ ਬੜਾ ਹੀ ਵਧੇ ਹੋ, ਈਸਾ ਦੀ ਮਿਸਾਲ ਆਦਮ ਤੇ ਅੰਮਾ ਹਵਾ ਦੀਏ, ਅਗਰ ਅੱਲਾ ਆਦਮ ਤੇ ਹਵਾ ਕੋ ਬਗੈਰ ਪੀਉ ਮਾਂ ਦੇ ਬਣਾ ਸਕਦੇ ਤਾਂ ਕਾਦਰ ਮੁਤਲਕ ਕੁਨ ਨਾਲ ਈਸਾ ਕੋਈ ਬਣਾ ਸਕਦੇ? ਉਹ ਮਹਤਾਜ ਨਹੀਂ, ਉਹ ਸਾਹਿਬ ਅਖਤਿਆ। ਕਿਬਲਾ ਸਾਰੀ ਦੀਵਾਰ ਮਨਾਜ਼ਰਾ ਥੀ ਆ, ਫੈਸਲਾ ਨਹੀਂ, ਦੂਜੀ ਦੀਵਾਰ ਮਨਾਜ਼ਰਾ ਥੀ ਆ, ਮੁਹੰਮਦ ਕੁਰਾਨ ਬੈਠਾ ਪੜ੍ਹਦੇ, ਨਜ਼ਲਹੁ ਵਲਾ ਕਲਬ ਜਿਹਦੇ ਦਿਲ ਤੇ ਅੱਲਾ ਕੁਰਾਨ ਨਾਜ਼ਿਲ ਕੀਤੇ, ਇਹ ਜਿਹੜਾ ਕੁਰਾਨ ਸਾਡੇ ਕੋਲ ਕੁਰਾਨ ਦੀ ਛਵੀ ਹੈ ਜੋ ਮੁਹੰਮਦ ਦੇ ਦਿਲ ਤੇ ਲਿਖਿਆ ਹੋਵੇ, ਇਹ ਵਜ੍ਹਾ ਆਈ ਜੋ ਜਿਸਮ ਦਾ ਹਿੱਸਾ ਹੁਸੈਨ ਮਰਨ ਦੇ ਬਾਅਦ ਸਾਗ ਤੇ ਪੜਦਾ, ਜੋ ਜਿਸਮ ਕੁਰਾਨ ਅੱਖਾਂ ਦਰਿਆ ਬੈਠਾ ਤਵੱਜੋ ਹੈ, ਕਰੀਬ ਆ ਗਈ ਆ, ਨਤੀਜਾ ਕੱਢਣਾ ਆਖੀਰ ਤੇ ਅੱਲਾ ਆਇਤ ਭੇਜੀ, ਕੁਲ ਇਨਕਾਨ ਰਹਿਮਾਨ ਵਾਲਾ ਦੋ ਪਾਨਾ ਅਵਲ ਆਬਦੀਨ ਸੈਦ ਕੁਰਾਨ ਅੱਲਾ ਆਖਿਆ, ਇਹਨਾਂ ਪਾਗਲ ਈਸਾਈ ਕੋ ਆਖ, ਮੈਂ ਅੱਲਾ ਕਹੀਂ ਕੋ ਪੁੱਤਰ ਬਣੇ ਦਾ ਤਾਂ ਅਵਲ ਆਬਦੀਨ ਤੂੰ ਮੁਹੰਮਦ ਹੈ, ਤੈਕੂ ਬੜਾਵਾਂ, ਈਸਾ ਕੋ ਨਾ ਬੜਾਵਾਂ, ਈਸਾਈ ਨਹੀਂ ਮੰਨਦੇ ਅਜ਼ੀਜ਼ ਬੇਟਾ ਜਵਾਨੀ ਮਾਣੇ, ਆਖਿਰ ਅੱਲਾ ਸ਼ਾਮ ਕੋ ਆਖਿਆ, ਫਕੁਲ ਤਾਲਾ ਨਾ ਜੋ ਅਬਨਾ ਨਾ ਬਾ ਅਬਨਾ ਕੋ, ਬੈਠੇ ਹੋ ਸੁਣਨ ਵਾਲੇ, ਨਈਅਰ ਸ਼ਾਹਦਾ ਮੈਂ ਮਜਮਾ ਕਹਿ ਨਹੀਂ ਆਜੇ ਆੜੇ ਖਸਵੀਰਾ ਨੇ ਸੁਣ ਜਾ ਕਹਿ ਨਹੀਂ ਆਈ ਵੀਰਾ ਨੇ ਚੜੇ ਖੋ ਬਚੜੇ ਜੀਵਨੀ, ਮਿਹਨਤ ਰੰਗ ਲਾਇਆ ਗਈ ਏ ਤੁਹਾਡੀ, ਕੱਲ ਮੈਂ ਆਪਣੇ ਪੁੱਤਰ ਗਿਰਨਾ ਸਾ, ਫਕਲ ਤਾਲਾ ਨਾ ਦੋ ਆਪਣਾ ਨਾ ਆਪਣਾ, ਬਿਸਮਿਲਲਾਹ ਰਹਿਮਾਨ ਰਹੀਮ, ਮੈਂ ਆਪਣੇ ਪੁੱਤਰ ਗਿਰਨਾ ਸਾ, ਤੁਸਾਂ ਆਪਣੇ ਘਰ ਜਮਾ ਦਾ ਸੇਵਾ ਇਥਾਈ ਤਾਂ ਮੇਰਾ ਸਾਰੇ ਪੜ੍ਹਨ ਦਾ ਮਦਾਰ, ਨਿਸ਼ਾਨਾ ਵਾ ਨਿਸ਼ਾਨ ਮੁਹੰਮਦ ਮਾਨਾ ਕੀਤੇ ਨਿਸ਼ਾ ਦਾ ਧੀ, ਇੱਥੇ ਅੱਲਾਹ ਨਿਸ਼ਾ ਦਾ ਮਾਨਾ ਕੀਤੇ ਆਇਤ ਚੱਧੀ, ਸੀਗਾ ਜੰਮਾ ਹੈ ਮੈਂ ਆਪਣਾ ਧੀਆਂ ਫਿਰਨਾ ਤੁਸਾਂ ਆਪਣਾ ਘਿਰਨਾ, ਸਮਝੀ ਅਨਫੋਸਾ ਵਾ ਅਨਫੋਸਾ ਕੋ, ਕੁਰਾਨ ਮਾਨਾ ਕੀਤੇ ਮੁਹੰਮਦ ਫਿਰਾ ਬਾ ਮੰਜ਼ਲਾ ਹੈ ਜਾ, ਮੈਂ ਆਪਣੇ ਫਿਰਾ ਗਿਰਨਾ ਸਾ ਤਰੀ
ਅਸੀਂ ਜੰਮਾਂਗੇ। ਤੁਸਾਂ ਆਪਣੇ ਭਰਾ ਗਿਲਨਾ ਸੁਮਾ ਨਪਤਾ ਹਿਲ ਫਨਾ ਜੱਲਾ ਨਤਲਾ ਹੈ ਅਲਲ ਕਾਜ਼ੇ ਵੀ ਕਿਤੇ ਮੈਦਾਨ ਚ ਕੂੜੇ ਤੇ ਲਾਨਤ ਭਿਜੇ ਸੂ ਗਰਖ ਥੀ ਵੈਸੀ ਈਸਾਈ ਸੀਨਾ ਟੱਪ ਕੇ ਆਧਨ ਹਾਜ਼ਰ ਸਵੇਰੇ ਨਮਾਜ਼ ਸੁਬਹ ਪੜ੍ਹਾ ਕੇ ਮੁਹੰਮਦ ਧੀਦ ਦਰ ਤੇ ਗਏ ਸਲਾਮ ਕੀਤੇ ਮਾਦਨ ਖਾਨਦਾਨ ਮਲਾਇਕਾ ਤੋਂ ਘਰ ਕਰ ਦੇ ਕੰਮ ਕਰਵਾਉਣ ਵਾਲਾ ਜੁਗਾ ਐ ਤਨਜ਼ੀਲੇ ਕੁਰਾਨ ਦਾ ਗੜ ਘਰ ਮੈਂ ਮੁਹੰਮਦ ਦਾ ਸਲਾਮ ਹੋਵੇ ਬੀਬੀਆਂ ਦੇ ਬਾਬਾ ਮੈਂ ਅੰਦਰ ਘਿੰਨਣ ਆਈ ਖੜੀਆਂ ਮੁਹੰਮਦ ਕਦਮ ਰੱਖੇ ਧੀ ਕੁਆ ਦੇ ਅੱਜ ਤੇ ਘਰ ਦੀ ਅੱਲਾਹ ਰਸੂਲ ਕੁਰਾਨ ਇਸਲਾਮ ਕੋ ਸਖਤ ਜ਼ਰੂਰਤ ਹੈ ਕੋਈ ਬੈਠੇ ਤਲੇ ਭਾਈ ਓ ਤਲੇ ਭਾਈ ਬਕ ਮਜ਼ਮੂਨ ਪੜ੍ਹਨ ਦੇ ਵਰ ਘਰ ਵਰ ਨਾ ਕਰੀ ਮੇਰੇ ਘੰਟੇ ਦੀ ਮਿਹਨਤ ਹੈ ਆ ਮੈਂ ਨਤੀਜਾ ਕੱਢਾ ਮੈਂ ਕਹਾਂ ਆਪ ਦਾ ਵੱਖਰਾ ਮਜ਼ਮੂਨ ਪੜ੍ਹ ਰਹੀ ਆ ਕੋਈ ਪੜ੍ਹ ਸੀ ਮੈਂ ਕਦੇ ਸੁਣ ਕੇ ਪੜ੍ਹ ਕੋਈ ਅਗੂ ਤੇ ਪੜਸੀ ਤਾਂ ਮੈਂ ਕਦੇ ਸੁਣ ਕੇ ਪੜਸੀ ਮੈਂ ਤੇਰੇ ਸਾਹਮਣੇ ਇੱਕ ਬਾਪ ਇਸਲਾਮ ਦਾ ਪੀਆ ਖੁੱਲੇ ਤਵੱਜੋ ਰੱਖਣਾ ਜਨਾਬ ਅਬਨਾ ਨਾ ਦੀ ਲਿਸਟ 6 ਸਾਲ ਦੇ ਹੁਸੈਨ ਕੁਹਾਨ ਨਾਲ ਲਾਏ ਸੱਤ ਸਾਲ ਦੇ ਹਸਨ ਕੋ ਅੰਗਲ ਨਾਲ ਨਿਸ਼ਾਨਾ ਹਈ ਜੰਮਦਾ ਸੀਗਾ ਘਨੇ ਇੱਕ ਬਤੂਲ ਗਾਏ ਚਾਰ ਹਨ ਤਾਂ ਅੱਲਾ ਦੀ ਅਲ ਮੁਹੰਮਦ ਮੰਨੀ ਕਿਉਂ ਨਹੀਂ ਕੋਈ ਬੈਠੇ ਸੁਣਨ ਵਾਲਾ ਕੋਈ ਬੈਠੇ ਸੁਣਨ ਵਾਲਾ ਇੱਕ ਬਤੂਲ ਪਿੱਛੋਂ ਅਲਫੁਸਨਾ ਦੀ ਲਿਸਟ ਚ 26 ਸਾਲ ਦਾ ਅਲੀ 17 ਸਾਲ ਦੀ ਬਤੂਲ 6 ਸਾਲ ਦਾ ਹੁਸੈਨ 7 ਸਾਲ ਦਾ ਹਸਨ ਆਪ ਬਾਜ਼ਮ ਦਾ ਸਰਦਾਰ ਇਹ ਜਿਹੜੇ 43,000 ਦੀ ਆਬਾਦੀ ਦਾ ਸ਼ਾਹਿਰ ਏ ਦੁਸ਼ਮਣ ਦਾ ਮੁਕਾਬਲਾ ਏ ਬਾਲ ਖਿੱਦੀ ਵੰਡੇ ਬੁੱਢੜੇ ਕੋ ਸੜੇਂਦਾ ਨਹੀਂ ਇਬਰਤ ਹਾਸਲ ਕਰੋ ਮੈਂ ਆਧਾ ਕਿਆ ਕਰਾਂ 6 ਸਾਲ ਦਾ ਬਾਲ ਗਿੱਧੀ ਵੇਲੇ 40 ਸਾਲ ਵਾਲੇ ਕੋ ਨਹੀਂ ਲੈਂਦਾ ਗਾਲ ਗਿਆ ਅੱਜ ਕਰਨੀ ਹੈ ਬਦੁਆ ਉਹ ਗਿੱਧੀ ਵੇਲੇ ਜਿਹੜੇ ਬੋਲਣ ਤੇ ਅੱਲਾ ਰੱਦ ਨਾ ਕਰ ਵੱਡੀ ਮਜਲਿਸ ਮੈਂ ਕੋ ਅੱਲਾਹ ਦੀ ਕਸਮ ਹੈ ਸਾਡੇ ਮੁਲਕ ਦੀ ਕਾਇਨਾਤ ਦੀ ਵੱਡੀ ਮਜਲਿਸ ਮੈਂ ਉਹ ਮੌਜੂ ਸ਼ੁਰੂ ਕੀਤੀ ਮੇਰਾ ਦਿਲ ਆ ਗਿਆ ਅੱਜ ਮੈਂ ਮਜਮੇ ਚ ਪੜ੍ਹਾਂ ਮੈਂ ਕੋ ਚੰਦ ਮਾਥਨ ਮੈਂ ਕੋ ਸ਼ੁਰੂ ਕੀਤੀ ਮੈਂ ਪਿਛਲੀ ਜ਼ਾਕਰੀ ਨਹੀਂ ਪੜ੍ਹਿਆ ਤਵੱਜੋ ਏ ਜਿਹੜੇ ਮੈਦਾਨ ਮੁਬਾਰਕ ਚੈਨ 24,000 ਮਿੰਬਰ ਲਗਾ ਪਏ ਪੰਜਵੀ ਹਜ਼ਾਰ ਫੌਜੀ ਪਾਰਾ ਖੜਾ ਦੇ ਜਿਹੜੇ ਮੁਬਾਰਕ ਦੇ ਮੈਦਾਨ ਦਾਖਲ ਥੈਣ ਸ਼ਦੀਦ ਦਿਲ ਮਿਲਿਆ ਇਹ ਮੂੰਹ ਦੇ ਭਰ ਰੱਖਣ ਫੌਜ ਵਾਲੇ ਵੱਲ ਵੀ ਲੈਂਦੇ ਆ
ਵਰਜਟਨ ਆਖਰੇ 400 ਸਾਲ ਦਾ ਬੁੱਢੜਾ ਪਾਦਰੀ ਇਹਦੇ ਪਪਾਂ ਤੇ ਅੱਖੀ ਤੇ ਹਨ ਇੰਜ ਚਾਹ ਕੇ ਆਦੇ ਮੁਸਲਮਾਨ ਦੇ ਰਸੂਲ ਨਾਲ ਚੋਖਾ ਲਸ਼ਕਰ ਇਹਦਾ ਫਿਰਾਬ ਵਾਕਦਾ ਦੇ ਕੋਈ ਲਸ਼ਕਰ ਨਹੀਂ ਇੱਕ ਸੋਹਣਾ ਬਾਲ ਹਾਂ ਨਾਲ ਲਈ ਵਧੇ ਇੱਕ ਸੋਹਣਾ ਨਾਜ਼ਨੀਨ ਬਾਲ ਅੰਗਲ ਨਾਲ ਉਹਦੇ ਪਿੱਛੋਂ ਇੱਕ ਪਰਦਾਦਾਰ ਬੁੜਕੇ ਵਾਲੀ ਬੀਬੀ ਏ ਉਹਦੇ ਪਿੱਛੋਂ 24 ਸਾਲ ਦਾ ਇੱਕ ਜਲਾਲੇ ਵਾਲਾ ਜਵਾਨ ਏ ਮੈਂ ਕੋ ਅੱਲਾਹ ਦੀ ਕਸਮ ਏ ਰਾਜ ਰੁੰਨਾ ਪਾਦਰ ਦਾ ਸਰਦਾ ਇਮਾਮ ਹੁਸੈਨ ਦਾ ਨਾਂ ਤੇ ਆਵਣ ਇਮਾਮ ਹੁਸੈਨ ਦੇ ਨਾਂ ਤੇ ਬੜੀ ਮਿਹਨਤ ਆਓ 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 ਖਾਨ ਸਾਹਿਬ ਆਓ ਬਿਸਮਿਲਲਾ ਆਓ ਜਨਾਬ ਕਾਸ਼ ਮਲਿਆ ਅੱਜ ਫਜ਼ਾਇਲ ਸੁਣਦੇ 6 ਸਾਲ ਦਾ ਬਾਲ ਰਾਜ ਰੁੰਦੇ ਪਾਦਰਿਆਂ ਦਾ ਸਰਦਾ ਦੁਸ਼ਮਣ ਦੇ ਸਾਹਮਣੇ ਨਾ ਰੋ ਰੋਮਣਾ ਸ਼ਿਕਸਤ ਉਹ ਕੋ ਤਮਾਚਾ ਮਾਰ ਕੇ ਆ ਦੇ ਜ਼ਮੀਨ ਆਸਮਾਨ ਦਾ ਫੌਜਾ ਮੁਹੰਮਦ ਗਿਨ ਆਵੇ ਆਈ ਆ ਧੀ ਨਾਨ ਆ ਅਗਰ ਮੁਹੰਮਦ ਬਦ ਦੁਆ ਕੀਤੀ ਤੇ ਮਸਤੂਰ ਆਮੀਨ ਆਖੀ ਤੁਹਾਡੀ ਨਸਲ ਨਾ ਰਾਸ ਮੇਰੀ ਮੰਨੋ ਕਾਮ ਬਚਾਓ ਇਹਦੇ ਤੁਰਾਏ ਦੀ ਇੱਜ਼ਤ ਕਰੋ ਮਾਤਮ ਕਰਨ ਦਾ ਸਦਕੇ ਮਰਹਬਾ ਮੈਂ ਮਸਾਹਿਬ ਦਾ ਬਾਪ ਖੋਲਿਆ ਨਹੀਂ ਤੋੜ ਦਿੱਤੇ ਸੱਚ ਈਸਾਈ ਕਿਬਲਾ ਟੁਰਿਆ ਮੈਂ ਕੋਈ ਅਲਮ ਦੀ ਕਸਮ ਹੈ ਇਹਨ ਆਖੀ ਤੇ ਪੱਜਾ ਬੱਜ ਕਰੀਬ ਆ ਕੇ ਆਦਨ ਮੁਸਲਮਾਨ ਦਾ ਰਸੂਲ ਅਸਾਂ ਕੂੜੇ ਹੈ ਅਸਾਂ ਝੂਠੇ ਹੈ ਸ਼ਿਕਸਤ ਮਨੇਧੀ ਕੋ ਘਰ ਪੁਜਾ ਸਾਡਾ ਸਰਦਾਰ ਰੋਦਾ ਬੈਠੇ ਮਰਹਬਾ ਮਰਹਬਾ ਤੁਹਾਡਾ ਸੁਣਨ ਕਿਆ ਬਾਤ ਹੈ ਕਿਆ ਬਾਤ ਹੈ ਮੈਂ ਐਸਾ ਮਜਾ ਜੀ ਅਮਰ ਸੋਨਾ ਅਸਾਂ ਸ਼ਿਕਸਤ ਮਨੇਂਦੇ ਹੈ ਅਸਾਂ ਜਦੀਆ ਦੇਨੇ ਹੈ ਅਸਾਂ ਜੁਰਮਾਨਾ ਦੇਨੇ ਹੈ ਇਹ ਧੀ ਕੋ ਘਰ ਭੇ ਮੈਂ ਕੋ ਵਾਲੀ ਦੀ ਕਸਮ ਹੈ ਕੋਈ ਮਰ ਵਣਣ ਵਾਲਾ ਮੁਹੰਮਦ ਬਤੂਲ ਦੇ ਕੋਲੋਂ ਆਇਆ ਦੇ ਯਾਦੀ ਮੇਰੀ ਧੀ ਕੋ ਘਰ ਘਰਵਾ ਬੀਬੀ ਆਦੀ ਹੈ ਬਾਬਾ ਘਨ ਕੀ ਹੁਆ ਬਚੜਾ ਬਦੁਆ ਕਰਾਮਾ ਬਾਬਾ ਕਿਉਂ ਨਹੀਂ ਬਦੁਆ ਕੀਤੀ ਰਜ ਰੋ ਕੇ ਮੁਹੰਮਦ ਆਦੇ ਤੇਰੇ ਤੋਂ ਰਹਿਦਾ ਅਗਰੇ ਦਾ ਹਿਆ ਕੀਤੇ ਕਿ ਦਨੀ ਵੇ ਬੈਠੇ ਤੇ ਦੇ ਤੋਰ ਰਹਿਦਾ ਇਸਾ ਹਯਾ ਕੀਤੇ ਇੱਕ ਰੋਤੇ 4 ਘੰਟੇ ਖੜੀ ਏ ਕੋਈ ਆਦਾ ਬੈਠੀ ਮੁਹੰਮਦ ਦੀ ਬਸ
ہے کو کوئی پڑھن دینا، کاش زمانہ میں کو پڑھن دینا بھا نہ بنا، میں مجبور ہوں میں نہیں پڑھ سکتا، تو ایک بہو سمجھ میں مجبور رہا، کیا مجبوری آئی محمد دی دھی کو رات ویلے پیو دی ابا پا کے خبر تے آئی ہے آدھی ہے میرا پسلا ترٹ گیا